ਸਲਾਮ ਵਾਲੇਕੁਮ ਸਲਾਮ। ਸਲਾਮ। ਹੋਰ ਲਾਲਾ ਸ਼ਰਾਫਤ ਕੀ ਹਾਲ ਹੈ ਤੇਰਾ? ਬਸ ਠੀਕ ਠਾਕ ਸਾਹ ਸਾਹਿਬ, ਤੁਸੀਂ ਸੁਣਾਓ। ਮਾਸ਼ਾਅੱਲਾ ਦੀ ਮਤਲਬ ਕਿ ਬੜੇ ਵਧੀਆ, ਮਤਲਬ ਕਾਰੋਬਾਰ ਚ ਰੁੱਝ ਗਏ ਜੇ ਹੁਣ ਤਾਂ। ਹਾਂਜੀ, ਅੱਲਾ ਦਾ ਸ਼ੁਕਰ ਹੈ ਜੀ, ਅੱਲਾ ਦਾ ਕਾਰੋਬਾਰ ਆ ਗਿਆ। ਕਹੀਏ ਨਾ ਕਿ ਗੁਜ਼ਾਰਿਆ ਨਹੀਂ ਦਾ, ਤੁਹਾਡੀ ਕਮਾਈ ਕਰਨੀ ਠੀਕ ਠਾਕ ਜੇ, ਕਮਾਈ ਕਰਨੀ, ਮਿਹਨਤ ਕਰਨੀ। ਸ਼ੁਕਰ ਅੱਲਾ ਦਾ, ਅਲਹਮਦੁਲਿਲਾ ਸ਼ੁਕਰ ਹੈ ਜੀ, ਅਲਹਮਦੁਲਿਲਾ ਬੜਾ ਲਾਹਾ। ਅੱਛਾ ਭਾਈ ਸ਼ਰਾਫਤ ਭਾਈ, ਸ਼ੁਕਰ ਅਲਹਮਦੁਲਿਲਾ ਠੀਕ ਠਾਕ। ਬੜੇ ਬੜੇ ਆਪਾਂ ਪ੍ਰੋਗਰਾਮ ਕੀਤੇ ਨੇ ਜੀ ਜੀ ਜੀ, ਤੇ ਯਾਰ ਜਿਹੜਾ ਹਲਾਲ ਕਰਕੇ ਖਾਣਾ ਨਾ ਤੇ ਕਿਹਾ ਬਾਹਰ ਹਲਾਲ ਕਰਕੇ ਖਾਣ ਦੇ, ਹੱਕ ਹਲਾਲ ਦੀ ਕਮਾਈ ਕਰਕੇ ਖਾਣੀ, ਹਲਾਲ ਦੇ ਖਾਣਾ ਵੈਰੀ ਉਹਦਾ ਹੋਰ ਸਵਾਦ ਇੱਕ ਬੇਈਮਾਨੀ ਕਰਕੇ ਜਿਹੜੇ ਲੋਕ ਖਾਂਦੇ ਨੇ। ਹਾਂਜੀ ਹਾਂਜੀ, ਉਹ ਪਤਾ ਨਹੀਂ ਕਿਵੇਂ ਪਚਾ ਲੈਂਦੇ। ਵੇਖੋ ਨਾ ਜੀ, ਹੱਕ ਹਲਾਲ ਦੀ ਤਾਂ ਇਹ ਨਾ ਤੁਹਾਨੂੰ ਮੈਂ ਗੱਲ ਸੁਣਾਣਾ ਬਈ, ਹੱਕ ਹਲਾਲ ਦੀ ਖੂਨ ਪਸੀਨੇ ਦੀ ਕਮਾਈ ਹੁੰਦੀ ਹੈ। ਹਾਂਜੀ, ਖੂਨ ਪਸੀਨੇ ਦੀ ਕਮਾਈ, ਉਹਦੇ ਵਿੱਚ ਮਜ਼ਾ ਵੀ ਆਉਂਦਾ ਖਾਣ ਦਾ। ਹਾਂਜੀ ਹਾਂਜੀ, ਫਿਰ ਉਹਦੇ ਤੇ ਰੱਬ ਵੀ ਰਾਜ਼ੀ ਹੈ ਜਿਹੜਾ ਹੱਕ ਹਲਾਲ ਦੀ ਕਮਾਈ ਕਰਕੇ ਖਾਂਦਾ। ਹਾਂਜੀ, ਤੇ ਜਿਹੜਾ ਕੋਈ ਮਤਲਬ ਕਿ ਅਗਾ ਪਿਛੇ ਦਾ ਦੱਪੇ ਤੇ ਠੱਗੀਆਂ ਦੇ ਹੋਵੇ ਨਾ, ਉਹਦੇ ਵਿੱਚ ਬਰਕਤ ਕੋਈ ਹੁੰਦੀ ਨਹੀਂ, ਬਰਕਤ ਕੋਈ ਹੁੰਦੀ ਹੋਵੇ ਬਸ ਦੇਤੀ। ਉਹ ਇਸੇ ਤਰ੍ਹਾਂ ਨਾ ਤੁਹਾਨੂੰ ਮੈਂ ਇੱਕ ਗੱਲ ਸੁਣਾਣਾ। ਹਾਂਜੀ ਹਾਂਜੀ, ਸੁਣਾਓ ਜੀ। ਉਹ ਕੋਈ ਮੌਲਵੀ ਸੀ, ਤੇ ਉਹਨੂੰ ਕਿਸੇ ਬੰਦੇ ਪੁੱਛਿਆ, ਬਹੁਤ ਚਿਰ ਦੀ ਗੱਲ ਹੈ, ਅੱਜ ਦੀ ਨਹੀਂ ਹੈਗੀ। ਕਿਸੇ ਬੰਦੇ ਪੁੱਛਿਆ, ਮੌਲਵੀ ਜੀ ਤੁਹਾਡੀ ਇੰਨੀ ਉਮਰ ਗੁਜ਼ਰ ਗਈ ਹੈ, ਤੇ ਤੁਸੀਂ ਕਦੇ ਆਰਾਮ ਵੀ ਖਾਧਾ ਹੈ? ਹਲਾਲ ਹੀ ਖਾਂਦੇ ਹੋ? ਉਹ ਜੱਟ ਵੀ ਸਮਝਦਾਰ ਸੀ ਬੰਦਾ, ਉਹਨੇ ਪੁੱਛਿਆ ਮੌਲਵੀ ਨੂੰ। ਹੁਣ ਉਹ ਮੌਲਵੀ ਸੀ ਨਾ ਜਿਹੜਾ ਪਿੰਡ ਥਾਂ ਦਾ ਮੌਲਵੀ ਸੀ, ਉਹ ਮੌਲਵੀ ਆਖਿਆ, ਜੱਟ ਸਾਹਿਬ ਗੱਲ ਏ, ਮੈਂ ਸਾਰੀ ਉਮਰ ਹਲਾਲ ਖਾਂਦਾ, ਇੱਕ ਵਾਰੀ ਆਰਾਮ ਖਾਂਦਾ। ਉਹਨੇ ਆਖਿਆ, ਬਹਿ ਜਾ ਤੈਨੂੰ ਦੱਸਣਾ। ਉਹਨੇ ਆਖਿਆ, ਗੱਲ ਇਹ ਬਈ, ਵਾਹਵਾ ਚਿਰ ਦੀ ਗੱਲ ਏ ਬਈ, ਤੂਫਾਨ ਬੜਾ ਸੀ, ਬੜਾ ਹਨੇਰ ਤੇ ਬਾਰਿਸ਼ ਤੇ ਬੜੇ ਬੁਰੇ ਹਾਲ ਸਨ, ਤੇ ਸਾਡੇ ਕੋਲ ਘਰੋਂ ਨਿਕਲਿਆ ਨੀ ਗਿਆ, ਨਾ ਕਿਤੇ ਖਤਮ ਤੇ ਗਿਆ ਗਿਆ, ਤੇ ਨਾ ਕਿਸੇ ਦੇ ਘਰੋਂ ਕੁਛ ਲੈਣ ਵਾਸਤੇ ਗਿਆ ਗਿਆ, ਸਾਡੇ ਕੋਲ ਘਰੋਂ ਨਿਕਲਿਆ ਹੀ ਨੀ ਗਿਆ। ਉਹ ਦਿਨ ਅਸੀਂ ਘਰੋਂ ਆਟਾ ਗੁੰਨ ਕੇ ਰੋਟੀਆਂ ਪਾ ਲਈਆਂ, ਉਹ ਅਸੀਂ ਸਾਰੀ ਜ਼ਿੰਦਗੀ ਵਿੱਚ ਹਰਾਮ ਖਾਧਾ, ਬਾਕੀ ਸਾਰੀ ਉਮਰ ਲੰਘ ਗਈ ਅਸੀਂ ਹਲਾਲ ਹੀ ਖਾਂਦੇ। ਉਹਨੇ ਕਿਹਾ, ਸੁਭਾਨ ਅੱਲਾਹ, ਤੇਰੇ ਹਲਾਲ ਦੇ, ਮਾਸ਼ਾਅੱਲਾ, ਸਾਰੀ ਉਮਰ ਤੂੰ ਹਲਾਲ ਹੀ ਖਾਧਾ, ਇੱਕ ਜਿਹੜਾ ਘਰੋਂ ਪਕਾ ਕੇ ਖਾਧਾ ਜੇ ਤੂੰ ਹਰਾਮ ਖਾਧਾ। ਉਹ ਇਹ ਗੱਲ ਹੈ, ਜਿਹੜੀ ਮਿਹਨਤ ਕਰਕੇ ਰੋਜ਼ੀ ਕਮਾਉਣੀ, ਉਹਦੇ ਚ ਬਰਕਤ ਹੁੰਦੀ ਹੈ। ਹੋਰ ਸੁਣਾਓ ਕੋਈ ਬਾਈ? ਸ਼ੁਕਰ ਅਲਹਮਦੁਲਿਲਾ, ਇੱਕ ਮਾਛੀ ਦੇ ਮੌਲਵੀ ਇਹ ਇੱਕ ਵੀ ਤੁਹਾਨੂੰ ਮੈਂ ਗੱਲ ਦੱਸਣਾ। ਹਾਂਜੀ, ਬਈ ਉਹ ਇੱਕ ਮੌਲਵੀ ਸੀ, ਹਾਂਜੀ, ਤੇ ਉਹ ਜੁਮੇ ਤੇ ਨਾ ਮਸੀਤ ਦੇ ਵਿੱਚ ਬਹਿ ਕੇ ਖੁਤਬੇ ਦੀ ਤਕਰੀਰ ਪਾ ਕਰੇ। ਅੱਛਾ, ਤਕਰੀਰ ਜਿਹੜਾ ਕਰੇ ਪਹਿਲਾਂ, ਤੇ ਉਹਨੇ ਤਕਰੀਰ ਦੇ ਵਿੱਚ ਇਹ ਗੱਲ ਆਖੀ ਬਈ, ਅੱਲਾਹ ਤਾਲਾ ਕਾਦਰ ਏ, ਸ਼ਰੀਕ ਕੋਈ ਸ਼ਰੀਕ ਨਹੀਂ, ਬੇਸ਼ੱਕ ਜੀ ਬੇਸ਼ੱਕ, ਤੇ ਜਿਹੜਾ ਬੰਦਾ ਬਿਸਮਿਲ੍ਲਾ ਪੜ੍ਹ ਕੇ, ਹਾਂਜੀ, ਬਿਸਮਿਲ੍ਲਾ ਦਾ ਮਤਲਬ ਬਿਸਮਿਲ੍ਲਾ ਰਹਿਮਾਨ ਰਹੀਮ, ਸ਼ੁਰੂ ਕਰਤਾ ਹੂੰ ਅੱਲਾਹ ਕੇ ਨਾਮ ਸੇ ਜੋ ਬੇਹੱਦ ਕਰਮ ਕਰਨੇ ਵਾਲਾ ਔਰ ਬਾਰ ਬਾਰ ਰਹਿਮ ਕਰਨੇ ਵਾਲਾ, ਜਿਹੜਾ ਬੰਦਾ ਇਹ ਪੜ੍ਹ ਕੇ ਤੇ ਦਰਿਆ ਦੇ ਵਿੱਚੋਂ ਵੜ ਜਾ ਨਾ ਦਰਿਆ ਨੂੰ, ਉਹ ਪਾਰ ਲੰਘ ਜਾਂਦਾ, ਡੁੱਬਦਾ ਨੀ, ਡੁੱਬਦਾ ਜੀ, ਪਾਣੀ ਗੋਡੇ ਗੋਡੇ ਗਿੱਟੇ ਗਿੱਟੇ ਹੋ ਜਾਂਦਾ, ਉਹ ਲੰਘ ਜਾਂਦਾ। ਤੇ ਵੇਖੋ ਗੱਲ ਦੀ ਯਕੀਨ ਦੀ, ਹੁਣ ਇੱਕ ਬੰਦਾ ਮਾਛੀ ਸੀ, ਉਸੇ ਪਿੰਡ ਚ ਰਹਿੰਦਾ, ਤੇ ਉਹ ਦੂਜਾ ਸਾਈ ਲੋਕ ਜਾਂ ਬੰਦਾ ਸੀ, ਸਿੱਧ ਪਧਰਾ ਜਾ, ਬੜਾ ਛਲਾਂ ਦੀ ਉਹਦੇ ਵਿੱਚ ਗੱਲ ਕੋਈ ਸੀ, ਯਕੀਨ ਬਚ ਗਿਆ ਉਹਨੇ, ਕਿਹਾ ਯਾਰ ਗੱਲ ਏ, ਮੈਂ ਜੋ ਆ ਦਰਿਆ ਦੇ ਉਰਲੇ ਪਾਸੋਂ ਲੱਕੜੀ ਲਿਆਣਾ ਬਣਾ ਕੇ, ਤੇ ਲੱਕੜ ਪੁਚਾਈ ਵੀ ਲੱਭਦੀ ਕੋਣੀ, ਤੇ ਦਰਿਆ ਤੋਂ ਪਾਰ ਬੜੀਆਂ ਲੱਕੜੀ ਨੇ, ਬੜਾ ਲਾਵਾ ਖੜਾ ਹੈ, ਤੇ ਮੌਲਵੀ ਪਿਆਂਦਾ ਬਈ, ਬਿਸਮਿਲ੍ਲਾ ਪੜ੍ਹ ਕੇ ਬੰਦਾ ਪਾਰ ਲੰਘ ਜਾਂਦਾ, ਕੰਮ ਸੌਖਾ, ਮੈਂ ਪਾਰੋਂ ਨਾ ਜਾ ਕੇ ਲੱਕੜੀ ਲੈ ਆਵਾਂ ਕਰਾਂ, ਉਹਦਾ ਯਕੀਨ ਇਸ ਗੱਲ ਤੇ ਬਚ ਗਿਆ, ਪੱਕੀ ਤਸੱਲੀ ਉਹਨੂੰ ਹੋ ਗਈ, ਜਿਹੜ ਦੇ ਵਿੱਚ ਗੱਲ ਦਿਲ ਚ ਆ ਗਈ ਵੀ ਵਾਕਈ ਬਿਸਮਿਲ੍ਲਾ ਰਹਿਮਾਨ ਰਹੀਮ ਪੜਿਆ ਨਾ ਬੰਦਾ ਪਾਰ ਲੰਘ ਜਾਂਦਾ। ਤੇ ਜਿਹੜਾ ਬੰਦਾ ਯਕੀਨ ਰੱਖ ਲਵੇ, ਤੁੱਕਲ ਅੱਲਾ ਤੇ ਰੱਖ ਲਵੇ, ਅੱਲਾ ਤਾਲਾ ਉਹਦੀ ਮਦਦ ਵੀ ਕਰ ਦਿੰਦਾ, ਬੇਸ਼ੱਕ ਬੇਸ਼ੱਕ ਜੀ ਬੇਸ਼ੱਕ। ਲਵੇ ਉਹ ਮਾਛੀ ਸੀ ਨਾ ਜਿਹੜਾ, ਉਹਨੇ ਕੀ ਕੰਮ ਕੀਤਾ, ਰੱਸਾ ਮੋਢੇ ਤੇ ਰੱਖ ਲਿਆ, ਕੁਹਾੜੀ ਹੱਥ ਚ ਕਰ ਲਈ ਤੇ ਟੁਰ ਪਿਆ, ਬਈ ਅੱਜ ਦਰਿਆ ਤੋਂ ਪਾਰ ਜਾਂਦੇ ਤਾਂ ਉੱਥੋਂ ਲਿਆਣੇ ਲੱਕੜੀ, ਜਨਾਬ ਲਗਾ ਕੇ ਜਾ ਕੇ ਮਤਲਬ ਲੰਗੋਟਾ ਮਾੜਾ ਜਿਹਾ ਉਹਦਾ ਕੀਤਾ, ਆਖਿਆ ਬਿਸਮਿਲ੍ਲਾ ਰਹਿਮਾਨ ਰਹੀਮ, ਤੇ ਵੜ ਦਰਿਆ ਨੂੰ ਗਿਆ, ਪਾਣੀ ਵਾਕਈ ਗਿੱਟੇ ਗਿੱਟੇ ਹੋ ਗਿਆ, ਗੋਡੇ ਗੋਡੇ ਹੋ ਗਿਆ, ਤਾਂ ਪਾਰ ਲੰਘ ਗਿਆ, ਵੀ ਆ ਤਾਂ ਕੰਮ ਹੀ ਚੌਕਾ। ਜਨਾਬ ਅਲੀ ਉਹਨੇ ਪੰਡ ਲੱਕੜੀ ਦੀ ਬਣਾਈ ਚੰਗੀ ਰੀਝ ਵਾਲੀ, ਤੇ ਉਧਰ ਫਿਰ ਪਾਰ ਲੰਘਣਾ ਉਹਨੇ ਬਿਸਮਿਲ੍ਲਾ ਰਹਿਮਾਨ ਪੜਿਆ ਤੇ ਪਾਰ,
लकड़ी लिया दिन पंद्रह दिन पै गए एक दिन ਉਹ ਜਿਹੜਾ ਮੌਲਵੀ ਤਕਰੀਰ ਕਰਨ ਵਾਲਾ ਸੀ ਉਹ ਤੇ ਉਹਦੇ ਨਾਲ ਪੰਜ ਚਾਰ ਬੰਦੇ ਹੋਰ ਪੰਜ ਸੱਤ ਬੰਦੇ ਜੁੜ ਕੇ ਤੇ ਉਸੇ ਦਰਿਆ ਤੇ ਗਏ ਚਲੇ ਉਸੇ ਪੱਤਨ ਦੇ ਜਿੱਥੇ ਉਹ ਮਾਚੀ ਲੱਗਦਾ ਹੁੰਦਾ ਉੱਥੇ ਜਦ ਗਏ ਨਾ ਉਹਨਾਂ ਕਹਿੰਦਾ ਵੀ ਹੁਣ ਪਾਰ ਲੰਘਣਾ ਤੇ ਦਰਿਆ ਦੀ ਵੱਠਾ ਠਾ ਮੈਂ ਮਾਰਦਾ ਤੇ ਕੋਈ ਬੇੜੀ ਪੂਰੀ ਉਹ ਬੇੜੀ ਤੁਹਾਨੂੰ ਪਤਾ ਵੀ ਜਿਹੜਾ ਬੁਹਾਣਾ ਬੇੜੀ ਪਾਰ ਲੈ ਜਾਵੇ ਨਾ ਪਾਰ ਲੱਗ ਜਾਵੇ ਜੇ ਅੱਧ ਤੋਂ ਦਰਿਆ ਦੇ ਅੱਧ ਤੋਂ ਵਿਚਕਾਰ ਹੋਵੇ ਨਾ ਬੇੜੀ ਅੱਧ ਕਰ ਤੁਹਾਨੂੰ ਇਸ਼ਾਰਾ ਕਰੀਏ ਤੇ ਬੁਹਾਣਾ ਬੇੜੀ ਵਾਪਸ ਲੈ ਆਉਂਦਾ ਤੇ ਜੇ ਅੱਧ ਤੋਂ ਟੱਪ ਜਾਏ ਤੇ ਫਿਰ ਬਾਏ ਮਗਰੋਂ ਜੋ ਮਰਜ਼ੀ ਕੀਤੀ ਜਾਵੇ ਬੇੜੀ ਵਾਪਸ ਨਹੀਂ ਆਉਂਦਾ ਹੁਣ ਪਾਰ ਗਈ ਤੇ ਪਾਰੋ ਨੇ ਬੇੜੀ ਤਾਂ ਲਿਆਉਣੀ ਸੀ ਜੇ ਕੋਈ ਚਾਰ ਬੰਦੇ ਆਉਣ ਤਾਂ ਬੇੜੀ ਕਿਵੇਂ ਵਾਪਸ ਲਿਆਵੇ ਲਵੀ ਉਹ ਦੀ ਉਹਨੂੰ ਉੱਥੇ ਬੈਠੇ ਉਡੀਕਦੇ ਪਏ ਵੀ ਬੇੜੀ ਵਾਲਾ ਹੁਣ ਆਵੇ ਤੇ ਤਾਂ ਲੰਘੀਏ ਤੇ ਉੱਤੋਂ ਮਾਛੀ ਆ ਗਿਆ ਉਹਨੇ ਹੱਥ ਚ ਕੁਆੜੀ ਕੀਤੀ ਦਰਸਾ ਮੋਢੇ ਤੇ ਰੱਖਿਆ ਤੇ ਆ ਗਿਆ ਸਲਾਮ ਵਾਲੇਕਮ ਜੀ ਵਾਲੇਕਮ ਉਹਨੇ ਆਖਿਆ ਮੌਲਵੀ ਸਾਹਿਬ ਤੇ ਬਾਹਰ ਹੈ ਜੀ ਖੈਰ ਹੈ ਉਹਨੇ ਆਖਿਆ ਯਾਰ ਬਾ ਪਾਰ ਜਾਣਾ ਹੈ ਤੇ ਬੇੜੀ ਨੂੰ ਕਿਉਂ ਉਡੀਕਣਾ ਉਹਨੇ ਆਖਿਆ ਪਾਰ ਜਾਣਾ ਤੇ ਬੇੜੀ ਨੂੰ ਕਿਉਂ ਉਡੀਕਣਾ ਹੋਰ ਕੀ ਕਰੀਏ ਕਿਵੇਂ ਲੰਘੀ ਉਹਨੇ ਆਖਿਆ ਆਪੇ ਤਾਂ ਤੂੰ ਆਖਿਆ ਬਈ ਜਿਹੜਾ ਬੰਦਾ ਬਿਸਮਿਲ੍ਲਾ ਰਹਿਮਾਨ ਰਹੀਮ ਪੜ੍ਹੇ ਤੇ ਦਰਿਆ ਨੂੰ ਵੜ ਗਿਆ ਤੇ ਬੰਦਾ ਪਾਰ ਲੰਘ ਜਾਂਦਾ ਤੇ ਤੂੰ ਵੀ ਇੱਥੇ ਬੈਠਾ ਤੇ ਪਾਰ ਨਹੀਂ ਲੰਘਦਾ ਆਵੇ ਮੇਰੇ ਨੂੰ ਉਹਨਾਂ ਨੇ ਗੋਟਾ ਮਾੜਾ ਜਿਹਾ ਉਤਾਰ ਕੀਤਾ ਕਰਦਾ ਬਿਸਮਿਲ੍ਲਾ ਰਹਿਮਾਨ ਰਹੀਮ ਵੜ ਗਿਆ ਦਰਿਆ ਨੂੰ ਲੱਗ ਗਿਆ ਉਹ ਪਾਣੀ ਵਾਕਾ ਹੀ ਯਾਰ ਜੀ ਗੋਡੇ ਗੋਡੇ ਗਿੱਟੇ ਗਿੱਟੇ ਪਾਣੀ ਹੋ ਗਿਆ ਲਵਾ ਜਿਹਾ ਆਰਾਮ ਨਾਲ ਪਾਰ ਲੰਘ ਗਿਆ ਹੁਣ ਜਿਹੜੇ ਨਾਲ ਦੇ ਬੰਦੇ ਸਨ ਨਾ ਮੌਲਵੀ ਨੂੰ ਆਖਿਆ ਮੌਲਵੀ ਸਾਹਿਬ ਤੂੰ ਮੈਨੂੰ ਇਹ ਦੱਸ ਵੀ ਆਪੇ ਤਾਂ ਤੂੰ ਇਹ ਸਭ ਕਰ ਪਿਆ ਤੇਰੇ ਸਬਕ ਤੇ ਉਹ ਪਾਰ ਮੈਂ ਬੰਦਾ ਮਜਬੂਰ ਕੀਤਾ ਉਹਨੇ ਆਖਿਆ ਜੀ ਗੱਲ ਤੂੰ ਕੀਤੀ ਤੈਨੂੰ ਫੇਰ ਛਿੱਤਰ ਹੁਣ ਮੌਲਵੀ ਸੀ ਨਾ ਜਿਹੜਾ ਉਹਨੇ ਆਖਿਆ ਵੀ ਗੱਲ ਇਹ ਵੀ ਮੈਨੂੰ ਤੁਸੀਂ ਗੁਰਸਾ ਰਸਾ ਪਾ ਲਵੋ ਜਨਾਬ ਬੰਨਿਆ ਹੁਣ ਲੱਕ ਨੂੰ ਪਾਲ ਲੈ ਡੁੱਬਾ ਲੱਗਾ ਤੇ ਡੁੱਬਾ ਨੀ ਛਿੱਕ ਲਾ ਹੁਣ ਮੁੜ ਵੀ ਖਾਣੇ ਪਰ ਨਿਕਲ ਜਾਣਾ ਕੰਬੇ ਪਿਆ ਮੈਂ ਦਰਿਆ ਦਰਿਆ ਦੇ ਕੰਢਿਆ ਦੁੱਛੋ ਦਾ ਦਰਿਆ ਮੌਲਵੀ ਤਾਂ ਮੀਆਂ ਬਿਸਮਿਲ੍ਲਾ ਰਹਿਮਾਨ ਨੂੰ ਪੜ੍ਹੀ ਪਾਣੀ ਗੋਤੇ ਵੀ ਪੰਜ ਸੱਤ ਆਵ ਹੈ ਡੁੱਬਣ ਲੱਗ ਪਿਆ ਮਰਨ ਲੱਗ ਪਿਆ ਆਹ ਹਾਲ ਕੀਤੀ ਗਿਆ ਦਵਾ ਦਾ ਉਹਨੇ ਛਿੱਕਿਆ ਬਾਹਰ ਅੱਜ ਵੀ ਲਿਆਈ ਮੌਲਵੀ ਤਾਂ ਦੀਆ ਵਾਕਿਆ ਵੀ ਯਾਰ ਮੌਲਵੀ ਸਾਹਿਬ ਦਾ ਯਕੀਨ ਕੋਈ ਕਾਦਰ ਕਪੂਰ ਹੋ ਰਹੀ ਮੈਂ ਜਿਹੜਾ ਅੱਲਾ ਦੋ ਜਾਵੇ ਅੱਲਾ ਵੀ ਉਹਦਾ ਹੋ ਜਾਵੇ ਅਗਲੇ ਪ੍ਰੋਗਰਾਮ ਵਾਸਤੇ ਸਾਨੂੰ ਹੁਣ ਤੁਸੀਂ ਸਜਾ ਕੋਲ ਜਾ ਕੇ ਲਈਏ ਠੀਕ ਹੈ ਜੀ ਖੁਦਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ।